ਪੰਜਾਬੀ ਘਟਨਾਵਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਖਬਰ, ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਲੋਕ ਇਨਸਾਫ਼ ਪਾਰਟੀ ਵੀ ਸ਼ਾਮਲਾਟ ਜ਼ਮੀਨਾਂ ਤੇ ਡਟ ਗਈ ਆ। ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਪਿੰਡ ਦੀਆਂ ਸ਼ਾਮਲੇਟ ਜ਼ਮੀਨਾਂ ਨੂੰ ਲੈਂਡ ਬੈਂਕਾਂ ਦੇ ਨਾਂ ਹੇਠ ਹੜੱਪਣ ਵਿਰੁੱਧ ਪਾਰਟੀ ਵੱਲੋਂ ਅਗਲੇ ਮਹੀਨੇ 4 ਜਨਵਰੀ ਨੂੰ ਇੱਕ ਵੱਡਾ ਅੰਦੋਲਨ ਕੀਤਾ ਜਾਵੇਗਾ। ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਕਿਸੇ ਪਿੰਡ ਦੀ 1 ਇੰਚ ਜ਼ਮੀਨ ਵੀ ਲੈਂਡ ਬੈਂਕਾਂ ਨੂੰ ਅਕਵਾਇਰ ਕਰਕੇ ਦਿਖਾਉਣ। ਉਹਨਾਂ ਨੇ ਦੱਸਿਆ, ਸਾਡੀ ਪੰਚਾਇਤ ਸਾਡੀ ਜ਼ਮੀਨ ਅੰਦੋਲਨ ਖੰਨਾ ਨੇੜੇ ਪਿੰਡ ਭਮੱਦੀ ਤੋਂ ਸ਼ੁਰੂ ਕੀਤਾ ਜਾਵੇਗਾ ਤੇ ਸੂਬੇ ਭਰ ਵਿੱਚ ਇਹ ਅੰਦੋਲਨ ਕੀਤੇ ਜਾਣਗੇ। ਬੈਂਸ ਨੇ ਕਿਹਾ ਕਿ ਸਰਕਾਰ ਪਿਛਲੇ ਅਰਸੇ ਤੋਂ ਬੰਦ ਹੋਈਆਂ 18,000 ਤੋਂ ਵੱਧ ਸਨਅਤ ਇਕਾਈਆਂ ਨੂੰ ਚਲਾਉਣ ਦਾ ਯਤਨ ਕਿਉਂ ਨਹੀਂ ਕਰ ਰਹੀ ਹੈ। ਇਹ ਸਨਅਤੀ ਇਕਾਈਆਂ ਦੀ ਜ਼ਮੀਨ ਬੇਕਾਰ ਪਈ ਹੈ ਤੇ ਨਵੇਂ ਲੈਂਡ ਬੈਂਕ ਬਣਾਉਣ ਦੀ ਥਾਂ ਜੇ ਇਹਨਾਂ ਦੀ ਜ਼ਮੀਨੀ ਵਰਤੋਂ ਅਤੇ ਹੋਰ ਜ਼ਮੀਨ ਅਕੁਆਇਰ ਕਰਨ ਦੀ ਜ਼ਰੂਰਤ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜੇ ਫਿਰ ਵੀ ਪੰਜਾਬ ਸਰਕਾਰ ਜ਼ਮੀਨ ਅਕੁਆਇਰ ਕਰਨਾ ਚਾਹੁੰਦੀ ਹੈ ਤਾਂ ਉਹ 2013 ਦੇ ਭੂਮੀ ਗ੍ਰਹਿ ਐਕਟ ਦੀਆਂ ਸ਼ਰਤਾਂ ਦੇ ਮੁਤਾਬਕ ਅਕੁਆਇਰ ਕਰੇ। ਉਹਨਾਂ ਨੇ ਕਿਹਾ ਕਿ ਪਾਰਟੀ ਜ਼ਮੀਨਾਂ ਬਚਾਉਣ ਦੇ ਅੰਦੋਲਨ ਦੇ ਨਾਲ ਨਾਲ ਅਦਾਲਤਾਂ ਦਾ ਵੀ ਸਹਾਰਾ ਲਵੇਗੀ ਤੇ ਮਾਣ ਹਾਨੀ ਦਾ ਕੇਸ ਵੀ ਪਾਵੇਗੀ। ਉਹਨਾਂ ਨੇ ਕਿਹਾ ਕਿ ਪੰਚਾਇਤੀ ਜ਼ਮੀਨਾਂ ਨੂੰ ਲੰਬੇ ਅਰਸੇ ਤੋਂ ਕਿਸਾਨ ਵਾਹ ਰਹੇ ਨੇ ਤੇ ਉਹਨਾਂ ਨੂੰ ਉਜਾੜ ਕੇ ਜ਼ਮੀਨਾਂ ਲੈਂਡ ਬੈਂਕਾਂ ਦੇ ਕੁਝ ਪਰਿਵਾਰਾਂ ਨੂੰ ਦੇਣ ਦੀ ਤਿਆਰੀ ਹੈ ਤੇ ਉਹਨਾਂ ਨੇ ਕਿਹਾ ਕਿ ਦਰਅਸਲ ਸੂਬੇ ਦੀਆਂ 2 ਵੱਡੀਆਂ ਪਾਰਟੀਆਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਵਿੱਚੋਂ 2 ਪਰਿਵਾਰ ਜ਼ਮੀਨ ਹੜੱਪਣ ਦੀ ਝਾਕ ਦੇ ਵਿੱਚ ਨੇ। ਪੰਜਾਬੀ ਘਟਨਾਵਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ। ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ aznewswala.com ਦੇ ਨਾਲ। ਮਾਤਾ ਜੀ ਪੂਜਾ ਦੇਵੀ, ਕਾਲੀ ਉਪਾਸਕ, ਹਰ ਸਮੱਸਿਆ ਦਾ ਸਮਾਧਾਨ 2 ਘੰਟਿਆਂ 'ਚ ਘਰ ਬੈਠੇ ਕਰਵਾਓ। ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਾਉਣਾ ਜਾਂ ਤੁੜਵਾਉਣਾ, ਕੀਤਾ ਕਰਵਾਇਆ ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਣਬਣ, ਗੁਪਤ ਰੋਗ, ਲਾਟਰੀ ਨੰਬਰ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਿਆ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗਾਂ ਤੋਂ ਪਰੇਸ਼ਾਨ, ਸੋਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਮਾਤਾ ਜੀ ਪੂਜਾ ਦੇਵੀ, ਕਾਲੀ ਉਪਾਸਕ, ਅੱਜ ਹੀ ਫੋਨ ਕਰੋ 8146707 07852।